सांझ केंद्र जिला पटियाला ग्रीन वेलफेयर सोसायटी इंडिया वालों अज पटियाला लोगों की सेहत को मुख रखते हुए एक दौड़ का आयोजन किया जा रहा है। इस दौड़ में जिथे सांझ केंद्र पटियाला समूह मैंबर साहबान अफसर साहबान हिस्सा लै रहे हैं उत्थे शहर वासी भी इस वध चढ़ के अपना योगदान पा रहे हैं। साढ़े मानयोग SSP साहब पटियाला ते SP हैडकुआटर साहब कम GCPO साहब पटियाला जी के दिशा निर्देशों के हदायतों अनुसार जिला सांझ केंद्र पटियाला वालों ग्रीन इंडिया वेलफेयर सोसायटी टच स्टोन पटियाला के सहयोग नाल एक मैराथन रेस का आयोजन किया गया जिसका मंतव यह है कि आम पब्लिक नूं वातावरण बचाने लई अवेयर करना ते जो अज मेन मुद्दा साडे पूरी दुनिया लई बनिया होया है वातावरण नूं बचाउण दा उहदे विच जिहड़े इह सोसाइटी है उहदे उपराले लई इह वी हिस्सा पा रहे ने जिस विच सांझ पुलिस भी अपना योगदान बनदा पा रही है ते इस तों इलावा जो नौजवान पीढ़ी अज नशे की दलदल विच फसी हुई है उन्हां नूं बचाउण लई ते अगों पीढ़ी नूं अवेयर करन लई इह मैराथन का जिहड़ा मेन मकसद है। ये हरपाल सिंह सेठी जी जो ग्रीन इंडिया वेलफेयर सोसाइटी के प्रधान ने उन्हां दी टीम वल्लों बड़ा वड्डा उपराला किया गया ते मैं उन्हां नूं इस गल दी वधाई दिंदा ते मैं सारे पटियाला वासियों नूं बेनती करदा भी इह जे उपराले करदे रहण ते वध तों वध इहदे विच शामिल होण। ਇਹ ਸਾਡੀ ਗ੍ਰੀਨ ਇੰਡੀਆ ਵੈਲਫੇਅਰ ਸੁਸਾਇਟੀ ਹੈ ਜੀ, ਉਸ ਵੱਲੋਂ ਇਹ ਇੱਕ ਉਪਰਾਲਾ ਕੀਤਾ ਗਿਆ ਹੈਗਾ ਬਈ ਲੋਕਾਂ ਨੂੰ ਜਾਗਰੂਕ ਕਰੀਏ, ਇਸ ਲਈ ਅਸੀਂ ਇਹ ਵਾਕ ਰੱਖਿਆ ਹੈਗਾ ਅਤੇ ਪ੍ਰਦੂਸ਼ਣ ਅਤੇ ਆਪਣਾ ਬੇਟੀ ਬਚਾਓ ਬੇਟੀ ਪੜ੍ਹਾਓ ਟ੍ਰੈਫਿਕ ਬਾਰੇ ਅਤੇ ਇਸ ਬਾਰੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹੈਗੇ ਹਾਂ ਵੀ ਇਸ ਨਾਲ ਸਾਡੇ ਜੇ ਥੋੜ੍ਹਾ ਬਹੁਤਾ ਵੀ ਫਰਕ ਪਏਗਾ ਤਾਂ ਅਸੀਂ ਸਮਝਾਂਗੇ ਜਿਹੜੇ ਹੈਗਾ ਨਾ ਸਾਡਾ ਇੱਕ ਉਪਰਾਲਾ ਜਿਹੜਾ ਹੈਗਾ ਬਹੁਤ ਅੱਛਾ ਸਫਲ ਹੋ ਗਿਆ ਹੈਗਾ। ਗ੍ਰੀਨ ਵੈਲਫੇਅਰ ਸੁਸਾਇਟੀ ਪਟਿਆਲਾ ਵੱਲੋਂ ਜੋ ਸਿਹਤ ਸੰਬੰਧੀ ਜਾਗਰੂਕਤਾ ਲਈ ਇਹ ਮੈਰਾਥਨ ਰੇਸ ਜਿਹੜੀ ਹੈ ਇਹ ਕੱਢੀ ਗਈ ਹੈ, ਇਹ ਸਿਹਤ ਪ੍ਰਤੀ ਜਾਗਰੂਕਤਾ ਲਈ ਇੱਕ ਬਹੁਤ ਵੱਡਾ ਉਪਰਾਲਾ ਹੈ ਸੁਸਾਇਟੀ ਵੱਲੋਂ, ਜੋ ਸੁਸਾਇਟੀ ਸੇਠੀ ਸਾਹਿਬ ਦੀ ਅਗਵਾਈ ਦੇ ਵਿੱਚ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਅੱਛੇ ਕੰਮ ਜਿਹੜੇ ਕਰ ਰਹੀ ਹੈ ਸਮਾਜ ਸੇਵਾ ਦੇ, ਜਿਨ੍ਹਾਂ 'ਚੋਂ ਇਹ ਜਿਹੜਾ ਹੈ ਸਿਹਤ ਸੰਬੰਧੀ ਜਾਗਰੂਕਤਾ ਵਾਲਾ ਕੰਮ ਜਿਹੜਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ। ਇਹਦੇ ਨਾਲ ਜਿਹੜਾ ਹੈ ਬੱਚਿਆਂ ਨੂੰ ਆਮ ਜਿਹੜਾ ਹੈ ਨੌਜਵਾਨਾਂ ਨੂੰ ਇੱਕ ਅੱਛੀ ਸਿਹਤ ਮਿਲਦੀ ਹੈ ਕਿ ਉਹ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਸਵੇਰ ਦੇ ਟਾਈਮ ਦੇ ਉੱਤੇ ਜਾਂ ਸ਼ਾਮ ਦੇ ਟਾਈਮ 'ਤੇ ਆਪਣਾ ਟਾਈਮ ਕੱਢ ਕੇ ਬਾਕੀ ਕੰਮਾਂ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖਣ। ਅਤੇ ਮੈਂ ਇਹ ਵੀ ਮਹਿਸੂਸ ਕਰਦਾ ਔਰ ਲੋਕਾਂ ਨੂੰ ਤੁਹਾਡੇ ਚੈਨਲ ਰਾਹੀਂ ਇਹ ਸੁਨੇਹਾ ਵੀ ਦੇਣਾ ਚਾਹੁੰਦਾ ਕਿ ਅੱਜ ਸਮਾਜ ਦੇ ਵਿੱਚ ਅਸੀਂ ਜਿੱਥੇ ਇੰਨਾ ਆਨੰਦ ਮਾਣ ਰਹੇ ਹਾਂ ਹਰ ਫੀਲਡ ਦੇ ਵਿੱਚ, ਉੱਥੇ ਹਰ ਫਰੰਟ 'ਤੇ ਸਾਡੇ ਸਾਹਮਣੇ ਸਮਾਜ ਦੇ ਵਿੱਚ ਬਹੁਤ ਚੁਣੌਤੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਸਿਹਤ ਦਾ ਖਿਆਲ ਨਹੀਂ ਰੱਖ ਰਹੇ ਅਤੇ ਸਾਡੀ ਸਿਹਤ ਜਿਹੜੀ ਹੈ ਉਨੀ ਪਰਪੱਕ ਅਤੇ ਉਨੀ ਅੱਛੀ ਨਹੀਂ ਹੈ ਜਿੰਨੀ ਕਿ ਹੋਣੀ ਚਾਹੀਦੀ ਹੈ। ਤਾਂ ਸਮਾਜ ਦੇ ਵਿੱਚ ਜਿਵੇਂ ਕੋਈ ਹੋਰ ਜਿਹੜੀਆਂ ਬੁਰਾਈਆਂ ਨੇ ਜਿਵੇਂ ਸਮਾਜ ਦੇ ਵਿੱਚ ਭਰੂਣ ਹੱਤਿਆ ਜਿਹੜਾ ਹੈ, ਅੱਜ ਕੱਲ੍ਹ ਮੈਟ੍ਰੀਮੋਨੀਅਲ ਡਿਸਪਿਊਟ, ਇਸੇ ਤਰ੍ਹਾਂ ਸਿਹਤ ਪ੍ਰਤੀ ਗਰੀਨਰੀ, ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ, ਇਹ ਸਾਰਾ ਜਿਹੜਾ ਹੈ ਕੰਮ ਹਰ ਇੱਕ ਨਾਗਰਿਕ ਦਾ ਹਰ ਇੱਕ ਸ਼ਹਿਰ ਵਾਸੀ ਦਾ ਫਰਜ਼ ਬਣਦਾ ਹੈ ਕਿ ਉਹ ਇਹਨਾਂ NGOs ਤੋਂ ਇਹਨਾਂ ਸੁਸਾਇਟੀ ਤੋਂ ਸੇਧ ਲੈ ਕੇ ਹਰ ਫੀਲਡ ਦੇ ਵਿੱਚ, ਮੈਂ ਤਾਂ ਕਹਿੰਦਾ ਹਰ ਸ਼ਹਿਰ ਹਰ ਘਰ ਹਰ ਮੁਹੱਲੇ ਦੇ ਵਿੱਚ ਇਹ ਜਿਹੜਾ ਹੈ ਬੁਰਾਈਆਂ ਦੇ ਖਿਲਾਫ਼ ਅਤੇ ਆਪਣੀ ਸਿਹਤ ਦੇ ਖਿਲਾਫ਼ ਜਾਗਰੂਕਤਾ ਸੰਬੰਧੀ ਆਪਣਾ ਟਾਈਮ ਕੱਢ ਕੇ ਆਪਣਾ ਵੀ ਜਿਹੜਾ ਹੈ ਸੁਧਾਰ ਕਰਨ ਔਰ ਸਾਰੇ ਸਮਾਜ ਦੇ ਵਿੱਚ ਜਿੱਥੇ ਲੋੜ ਹੈ ਉੱਥੇ ਸਾਰੇ ਸਮਾਜ ਦੇ ਵਿੱਚ ਹੀ ਵੀ ਅਗਵਾਈ ਕਰਕੇ ਅੱਛੀਆਂ ਪੈੜਾਂ ਪਾਉਣ ਤਾਂ ਕਿ ਜਿਹੜਾ ਹੈ ਅਸੀਂ ਤੰਦਰੁਸਤ ਸ਼ਹਿਰ, ਤੰਦਰੁਸਤ ਮੁਹੱਲਾ, ਤੰਦਰੁਸਤ ਪੰਜਾਬ ਅਤੇ ਤੰਦਰੁਸਤ ਭਾਰਤ ਜਿਹੜਾ ਹੈ ਉਹ ਸਿਰ ਸਕੀਏ। ਜੈ ਹਿੰਦ।